ਕਿਸਾਨ ਭਰਾਵੋ, ਨਰਮੇ ਦੀ ਖੇਤੀ ਵਾਲੇ ਸਾਰੇ ਕਿਸਾਨ ਭਰਾਵਾਂ ਲਈ ਅਰਦਾਸ ਹੈ ਕਿ ਜਿਹੜੇ ਭਰਾ ਬਿਜਾਈਆਂ ਕਰ ਰਹੇ ਆ ਜਾਂ ਕਰਤੀਆਂ ਜਾਂ ਕਰਨੀਆਂ, ਕਿਹੜੀ ਵਰਾਇਟੀ ਲਾ ਰਹੇ ਹੋ ਤੁਸੀਂ ਉਹ ਵੀ ਜ਼ਰੂਰ ਦੱਸਣਾ, ਤੁਹਾਡੀ ਮਨਪਸੰਦ ਵਰਾਇਟੀ। ਅਤੇ ਮੈਂ ਵੀ ਇੱਕ ਵਰਾਇਟੀ ਦੀ ਐਕਟੀ ਬਿਜਾਈ ਕਰ ਰਿਹਾ ਅਤੇ ਆਪਣੇ ਖੇਤ ਦੇ ਵਿੱਚ ਸਾਰਾ ਕਣਕ ਦੀ ਫਸਲ ਦਾ ਸਾਰਾ ਕੂਟਲ ਵੇਚਵਾ ਆ ਅਤੇ ਅਰਦਾਸ ਕਰਦਾ ਕਿ ਤੁਹਾਡੀ ਫਸਲ ਜਿਹੜੀ ਬਿਜਾਈ ਹੋ ਰਹੀ ਹੈ ਜਾਂ ਹੋਗੀ ਤਾਂ ਉਹਦਾ ਚੰਗਾ ਝਾੜ ਆਵੇ, ਪਰਮਾਤਮਾ ਤੁਹਾਡਾ ਹਰ ਕੰਮ ਦੇ ਵਿੱਚ ਸਾਥ ਦੇਵੇ। ਅਤੇ ਇਸ ਦੇ ਨਾਲ ਸੰਬੰਧਿਤ ਆਪਣੀ ਬੁੱਕ ਵੀ ਬਹੁਤ ਜਲਦੀ ਆ ਜਾਣੀ ਆ ਅਤੇ ਉਹਦੇ ਨਾਲ ਵੀ ਤੁਹਾਨੂੰ ਨਰਮੇ ਦੀ ਫਸਲ ਨਾਲ ਸੰਬੰਧਿਤ ਸਾਰੀਆਂ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਉਹ ਹੱਲ ਹੋਣ ਦੇ ਆਸਾਰ ਮਿਲ ਜਾਣੇ ਆ। ਪਰ ਜਿਹੜੇ ਵੀਰ ਵਰਾਇਟੀਆਂ ਬਿਜਾਈ ਕਰ ਰਹੇ ਆ ਉਹ ਆਪਦੀਆਂ ਵਰਾਇਟੀਆਂ ਜ਼ਰੂਰ ਦੱਸਣ, ਏਰੀਆ ਅਤੇ ਨਰਮੇ ਦਾ ਕਿੰਨਾ ਕੁ ਏਰੀਆ ਤੁਸੀਂ ਇਸ ਵਾਰ ਵਧਾਇਆ ਜਾਂ ਘਟਾਇਆ ਉਹਦੇ ਬਾਰੇ ਵੀ ਜਾਣਕਾਰੀ ਦੇਣੀ।